ਸ਼੍ਰੀ ਰਾਮ, ਤੁਸੀਂ ਸਾਰਿਆਂ ਨੇ ਕਹਿਣਾ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹੁਣ ਇਹ ਤੋਂ ਬਾਅਦ ਅੱਲਾਹੂ ਅੱਲਾਹੂ ਅੱਲਾਹੂ। ਸੋ ਇਸ ਤੋਂ ਬਾਅਦ ਜਿਹੜਾ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਜੈਕਾਰਾ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਸਾਰਾ ਸਰਵੰਸ, ਸਾਰਾ ਪਰਿਵਾਰ ਇਸ ਦੇਸ਼ ਦੇ ਲਈ ਜਿਨ੍ਹਾਂ ਨੇ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੈਕਾਰਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਧਾਲੀਵਾਲ। ਇਸ ਵਕਤ ਅਸੀਂ ਮੌਜੂਦ ਹਾਂ ਟਿੱਕਰੀ ਬਾਰਡਰ, ਟਿੱਕਰੀ ਬਾਰਡਰ ਅਤੇ ਪਕੌੜਾ ਚੌਂਕ ਦੇ ਵਿਚਾਲੇ ਅਸੀਂ ਮੌਜੂਦ ਹਾਂ। ਸਾਡੇ ਨਾਲ ਇੱਥੇ ਜਲਾਲ ਦੀ ਸੰਗਤ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਦੀ, ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕੈਨੇਡਾ ਤੋਂ ਵੀ ਸੱਜਣ ਆਏ ਆ, ਹੋਰ ਸਟੇਟਾਂ ਤੋਂ ਵੀ ਸੱਜਣ ਆਏ ਆ। ਅੱਜ ਭੂਮਿਕਾ ਬੰਨਣ ਦੇ ਲਈ ਸ਼ਬਦ ਨਹੀਂ ਸਾਡੇ ਕੋਲ, ਕਿਉਂਕਿ ਲੋਹੜੀ ਦਾ ਤਿਉਹਾਰ ਆ, ਪਰ ਕਿਸਾਨਾਂ ਦੀ ਲੋਹੜੀ, ਕਿਰਤੀਆਂ ਦੀ ਲੋਹੜੀ, ਮਜ਼ਦੂਰਾਂ ਦੀ ਲੋਹੜੀ ਸੜਕਾਂ ਦੇ ਉੱਤੇ ਆ। ਕੋਈ ਭੂਮਿਕਾ ਨਹੀਂ ਬੰਨਾਂਗੇ, ਕਿਉਂਕਿ ਅੱਖਾਂ ਦੇ ਵਿੱਚ ਵੀ ਅੱਥਰੂ ਆਉਂਦੇ ਆ ਅਤੇ ਬੋਲਿਆ ਵੀ ਨਹੀਂ ਜਾਂਦਾ ਮੈਥੋਂ। ਬਾਈ ਰੁਪਿੰਦਰ ਨਾਲ ਗੱਲਬਾਤ ਕਰਦੇ ਹਾਂ, ਪਹਿਲਾਂ ਆ ਧੀ ਦਾ ਜਨਮ ਦਿਨ ਮਨਾ ਕੇ ਹਟੇ ਆ। ਬਾਈ ਕੀ ਕਹਿਣਾ ਚਾਹੋਗੇ? ਮੇਰੇ ਕੋਲ ਤਾਂ ਅੱਜ ਸ਼ਬਦ ਖਤਮ ਹੋ ਗਏ, ਇਨਕਲਾਬ ਦੀ ਸ਼ੁਰੂਆਤ ਹੋ ਚੁੱਕੀ ਆ। ਬਿਲਕੁਲ ਬਾਈ, ਮੈਂ ਕਹਿੰਦਾ ਯਾਰ ਬਾਈ ਮੇਰੇ ਕੋਲ ਵੀ ਕੋਈ ਸ਼ਬਦ ਹੈ ਨਹੀਂ। ਮੈਂ ਤਾਂ ਆਪਦੇ ਇੰਨਾ ਵੱਡਾ ਉਮੀਦ ਹੈ ਨਹੀਂ ਸੀਗੀ ਜੀ, ਪਰ ਇਹ ਵੀ ਸੀਗਾ ਵੀ ਸੰਗਤ ਆਊਗੀ, ਪਿਆਰ ਇੰਨਾ ਵਧੀਆ, ਡਿਸਿਪਲਿਨ ਆਪਦਾ ਘਰ ਨਹੀਂ ਲੱਗਦਾ ਇਹ ਦੇਖ ਲਓ ਜੀ, ਪੰਜਾਬ ਲੱਗ ਰਿਹਾ ਨਾ ਜੀ, ਕਿੰਨਾ ਸਾਰੇ ਜ਼ਿਲ੍ਹਿਆਂ ਦੇ ਲੋਕ ਨੇ ਤੇ ਸਟੇਟਾਂ ਦੇ ਲੋਕ ਨੇ, ਹਰਿਆਣਾ ਰਾਜਸਥਾਨ ਦੇ ਵੀ, ਈਵਨ ਕਿ ਦਿੱਲੀ ਲੋਕਲ ਅਤੇ ਰੋਹਤਕ ਤੋਂ ਫੈਮਿਲੀਆਂ ਆ ਕੇ ਸਾਡੇ ਨਾਲ ਇੱਥੇ ਇਹ ਲੋਹੜੀ ਦੇ ਵਿੱਚ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਆ ਕੇ ਬੈਠੀਆਂ ਹੋਈਆਂ ਨੇ ਜੀ। ਇੱਕ ਬਾਈ ਖਾਸ ਗੱਲ ਮੈਂ ਪੁੱਛਣੀ ਚਾਹੂੰਗਾ, ਜਿਵੇਂ ਅਸੀਂ 47 ਨਹੀਂ ਦੇਖੀ, ਅਸੀਂ 84 ਨਹੀਂ ਦੇਖੀ, ਪਰ ਸਾਡੇ ਖੂਨ ਦੇ ਵਿੱਚ ਆ ਜਿਹੜੇ ਆਹ ਬੱਚੇ ਆ, ਇਹ ਛੋਟੇ ਨੇ ਅਤੇ ਜਿਹੜੀਆਂ ਆਉਣ ਵਾਲੀਆਂ ਪਨੀਰੀਆਂ, ਉਹਨਾਂ ਦੇ ਖੂਨ ਦੇ ਵਿੱਚ ਇਹ ਅੰਦੋਲਨ ਆਪਣੀ ਜਗ੍ਹਾ ਲੈ ਲੂਗਾ ਜਾਂ ਲੈ ਚੁੱਕਿਆ ਗਾ। ਵੀਰੇ ਜਦੋਂ ਇਹ ਵੱਡੇ ਹੋਣਗੇ ਨਾ ਜੀ, ਇਹਨਾਂ ਦੇ ਵਿੱਚ ਜਿਹੜਾ ਅੱਜ ਬੀਜ ਆ ਉਹ ਬੋਇਆ ਗਿਆ, ਠੀਕ ਹੈ, ਆਪਾਂ ਕਹਿੰਦੇ ਹਾਂ ਵੀ ਇੱਕ ਬੀਜ ਬੋਣਾ ਪੈਂਦਾ, ਫਿਰ ਉਹ ਹੌਲੀ ਹੌਲੀ ਦਰਖਤ ਬਣਦਾ। ਜਦੋਂ ਇਹ ਧੀ ਰਾਣੀ ਦੇ ਵਿੱਚ ਅੱਜ ਆਪਾਂ ਇੱਥੇ ਬਰਥਡੇ ਮਨਾ ਕੇ ਇਹਨੂੰ ਇੰਨੀ ਸੰਗਤ ਦਾ ਆਸ਼ੀਰਵਾਦ ਮਿਲ ਗਿਆ, ਹੋਰ ਬਾਹਰ ਬੈਠੀ ਸੰਗਤ ਦਾ ਆਸ਼ੀਰਵਾਦ ਮਿਲ ਗਿਆ, ਤਾਂ ਮੈਂ ਕਹਿੰਦਾ ਵੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜਦੋਂ ਇਹ ਸਾਡੀ ਧੀ ਰਾਣੀ ਮੁਟਿਆਰ ਹੋਊਗੀ ਤਾਂ ਉਦੋਂ ਕਿੰਨਾ ਪੰਜਾਬ ਦੇ ਲਈ, ਇਹ ਮੈਨੂੰ ਉਮੀਦ ਹੈ ਇਸ ਗੱਲ ਦੀ, ਮੇਰੇ ਹੱਥ ਦੇ ਲਈ ਕਹਿੰਦਾ ਵੀ ਇਹ ਬਹੁਤ ਕੁਛ ਕਰੂਗੀ, ਹੈ ਨਾ। ਸੋ ਇਹ ਅੰਦੋਲਨ ਉਹ ਅੰਦੋਲਨ ਹੈ ਵੀਰੇ, ਜਿਹੜੇ ਬਾਹਰ ਦੇ ਬੋਈ ਜਵਾਕ ਹੈ ਨਾ, ਬੋਈ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਯਾਰ ਪੰਜਾਬ ਤੱਕ, ਸਿੱਧੀ ਗੱਲ ਤੁਹਾਨੂੰ ਦੱਸਾਂ, ਜਿਹੜੇ ਉੱਥੋਂ ਦੀਆਂ ਸਾਡੇ ਭੈਣ ਭਰਾ ਗਏ ਆ, ਉਹ ਇੱਥੇ ਦਿਖਾਉਣ ਲਈ ਕੇ ਆਉਂਦੇ ਸੀਗੇ ਵੀ ਸਾਡੀਆਂ ਜ਼ਮੀਨਾਂ ਨੇ, ਆਹ ਸਾਡੇ ਖੇਤ ਨੇ, ਆਹ ਸਾਡੇ ਟਰੈਕਟਰ ਨੇ, ਆਹ ਸਾਡੇ ਹਲ ਨੇ, ਜਾਂ ਸਾਡੀਆਂ ਮੱਝਾਂ ਨੇ। ਅੱਜ ਉਹ ਨਿਆਣੇ ਵੀ ਜਿਹੜੇ ਵੀਰੇ ਬਾਹਰ ਖੜ੍ਹੇ ਸੜਕਾਂ 'ਤੇ ਪ੍ਰੋਟੈਸਟ ਕਰ ਰਹੇ ਆ, ਐਡਾ ਵੱਡਾ ਅੰਦੋਲਨ ਬਣ ਗਿਆ, ਅਤੇ ਸ਼ਰਮ ਦੀ ਗੱਲ ਨਰਿੰਦਰ ਮੋਦੀ ਦੇ ਲਈ ਆ, ਹਜੇ ਤੱਕ ਟਸ ਤੋਂ ਮਸ ਨਹੀਂ ਹੋ ਰਿਹਾ। ਅਸੀਂ ਆਪਦੇ ਛੋਟੇ ਤੋਂ ਛੋਟਾ ਨਿਆਣਾ ਲੈ ਕੇ ਇੱਥੇ ਪਹੁੰਚੇ ਹੋਏ ਹਾਂ, ਅਤੇ ਵੱਡੇ ਤੋਂ ਵੱਡਾ ਬਜ਼ੁਰਗ ਸਾਡਾ ਇੱਥੇ ਬੈਠਾ, ਸਾਨੂੰ ਇਨਸਾਫ ਮਹਾਰਾਜ ਨੇ ਦੇਣਾ, ਸਾਡੀ ਜਿੱਤ ਪੱਕੀ ਹੋਊਗੀ ਹੀ ਹੋਊਗੀ, ਦੇਰ ਹੈ ਉਹਦੇ ਕਰਨੇਰ ਨਹੀਂ ਜੀ। ਅਸੀਂ ਇੱਕ ਦੋ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਿਰ ਅਸੀਂ ਖਤਮ ਕਰਾਂਗੇ। ਅਸੀਂ ਮਾਫ਼ੀ ਵੀ ਚਾਹਾਂਗੇ ਇੱਥੇ ਸਾਰਿਆਂ ਤੋਂ ਵੀ ਅਸੀਂ ਡਿਸਟਰਬ ਕਰ ਰਹੇ ਹਾਂ। ਬੀਬੀ ਸਤਿ ਸ਼੍ਰੀ ਅਕਾਲ, ਦੇਖੀ ਸੀ ਕਦੇ ਇਹੋ ਜਿਹੀ ਲੋਹੜੀ ਜ਼ਿੰਦਗੀ 'ਚ? ਨਹੀਂ ਪੁੱਤ। ਕੀ ਕਹਿਣਾ ਚਾਹੋਗੇ ਗੂੰਗੀ ਬੋਲੀ ਸਰਕਾਰ ਨੂੰ? ਗੂੰਗੀ ਬੋਲੀ ਸਰਕਾਰ ਪੁੱਤ ਕੀ ਕਹਿਣਾ, ਜਵਾਕਾਂ ਨੂੰ ਸੜਕਾਂ 'ਤੇ ਰੋਲਤਾ, ਬਜ਼ੁਰਗਾਂ ਸੜਕਾਂ 'ਤੇ ਰੋਲਤਾ ਜੀ, ਅਤੇ ਸਾਡੇ ਨੌਜਵਾਨ ਪੁੱਤ ਮੁੱਕੀ ਜਾਂਦੇ ਆ ਜੀ, ਇਹ ਸਾਨੂੰ ਕਿਤੇ ਭੁੱਲਣੇ ਨਹੀਂ ਗਏ ਜੀ, ਅਤੇ ਪਰ ਸਾਡੇ ਬੱਚੇ ਦੇ ਮਾਰੇ ਬੈਠੇ ਹਾਂ, ਅਣ ਸਾਰ ਦਿਨ ਬੈਠੇ ਸੀ, ਅਣ ਸਾਰ ਦਿਨ ਬੱਚਿਆਂ ਨੂੰ ਲੈ ਕੇ ਇੱਥੇ ਜੀ ਜੀ, ਬਸ ਇੰਨਾ ਕਹਿਣਾ ਚਾਹੁੰਦਾ ਪੁੱਤ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਮਾਤਾ, ਤੁਸੀਂ ਕੀ ਕਹਿਣਾ ਜੀ? ਅਸੀਂ ਵੀ ਇਹੀ ਕਹਿੰਦੇ ਹਾਂ ਭਰਾਵਾ ਬਈ, ਸਾਡੀ ਚੀਜ਼ ਸਾਨੂੰ ਮਿਲਜੇ, ਅਸੀਂ ਆਪਦੇ ਘਰਾਂ ਨੂੰ ਜਾਈਏ, ਕਿਉਂ ਸਾਨੂੰ ਠੰਡ 'ਚ ਮਾਰਦੇ ਆ, ਉੱਧਰੋਂ ਮੀਂਹ ਪੈਂਦੇ ਆ, ਠੰਡਾਂ ਨੇ ਘਰੇ ਜਵਾਕ ਰਲਦੇ ਆ, ਅਤੇ ਬਈ ਸਾਡਾ ਨਿਬੜ ਜੇ, ਅਸੀਂ ਆਪਦੇ ਘਰਾਂ ਨੂੰ ਜਾਈਏ ਜੀ। ਸੋ ਦੋਸਤੋ, ਇਹ ਇੱਕ ਛੋਟੀ ਜਿਹੀ ਰਿਪੋਰਟ ਸੀਗੀ, ਕਿਉਂਕਿ ਇੱਥੇ ਸੰਗਤ ਬਹੁਤ ਮੌਜੂਦ ਆ, ਅਤੇ ਮੈਂ ਵੀ ਇਹੀ ਕਹਿਣਾ ਚਾਹੂੰਗਾ, ਸ਼ਬਦ ਵੈਸੇ ਕੋਈ ਨਹੀਂ, ਪਰ ਇੱਦਾਂ ਦੀ ਲੋਹੜੀ ਅਸੀਂ ਵੀ ਨਹੀਂ ਦੇਖੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਨਹੀਂ ਦੇਖਣੀ, ਅਤੇ ਇਸ ਅੰਦੋਲਨ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਗਾ, ਅਤੇ ਦੁਨੀਆ ਦੇ ਵਿੱਚ ਇਸ ਅੰਦੋਲਨ ਦੀਆਂ ਮਿਸਾਲਾਂ ਦਿੱਤੀਆਂ ਜਾਣਗੀਆਂ। ਗੂੰਗੀ ਬੋਲੀ ਸਰਕਾਰ ਨੂੰ, ਸ਼ਾਇਦ ਹੁਣ ਇਹਨਾਂ ਦੇ ਜਕਾਰੇ, ਇਹਨਾਂ ਦੇ ਨਾਰੇ, ਅਤੇ ਜਿਹੜੀ ਇਹ ਮੁਰਦਾਬਾਦ ਕਰਦੇ ਆ, ਉਹਦੇ ਨਾਲ ਗੂੰਗੀ ਬੋਲੀ ਸਰਕਾਰ ਅੱਖਾਂ ਕੰਨ 'ਤੇ ਖਾਸ ਕਰਕੇ ਆਪਣਾ ਮੂੰਹ ਜ਼ਰੂਰ ਖੋਲੂਗੀ ਇਹਨਾਂ ਦੇ ਹੱਕ ਦੇ ਵਿੱਚ, ਕਿਉਂਕਿ ਇਹ ਕਿਰਤੀ ਨੇ, ਇਹ ਮਜ਼ਦੂਰ ਨੇ, ਇਹ ਆਪਣੇ ਹੱਕਾਂ ਦੇ ਲਈ ਬੈਠੇ ਨੇ।
ਇਹ ਕੋਈ ਇੱਥੇ ਭੀਖ ਨਹੀਂ ਮੰਗਣ ਆਏ। ਅੱਗੇ ਤੋਂ ਵੀ ਅਸੀਂ ਇੱਦਾਂ ਦੀਆਂ ਰਿਪੋਰਟਸ ਗਰਾਊਂਡ ਜ਼ੀਰੋ ਦੀ ਹਕੀਕਤ ਆ ਜੋ ਤੁਹਾਨੂੰ ਦਿਖਾਉਂਦੇ ਰਹਾਂਗੇ। ਤੁਸੀਂ ਆਪਣਾ ਸਮਾਂ ਦਿੱਤਾ, ਮੈਂ ਚਾਹੂੰਗਾ ਵੀ ਦੇਸ਼ਾਂ ਵਿਦੇਸ਼ਾਂ ਦੇ ਤੱਕ ਇਹ ਕਲਿੱਪ ਜ਼ਰੂਰ ਪਹੁੰਚਦੀ ਕਰੋ, ਕਿਉਂਕਿ ਇਹਨਾਂ ਦੇ ਚਿਹਰੇ, ਇਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਦਰਦ ਆ, ਕਿਉਂਕਿ ਇਹ ਦਰਦ ਸਿਰਫ ਆਉਣ ਵਾਲੀਆਂ ਪਨੀਰੀਆਂ ਦੇ ਲਈ, ਪੀੜ੍ਹੀਆਂ ਦੇ ਲਈ, ਜਿਹੜੇ ਸੁਪਨੇ ਸੰਜੋਈ ਬੈਠਾ ਹੈਗਾ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਦੇ ਲਈ ਇਹ ਇੱਥੇ ਬੈਠੇ ਨੇ। ਧੰਨਵਾਦ ਜੀ।